हेलो एंड वेलकम गाइस कमें आई होप कि सारे कैंट होंगे तो गाइस आप पूरे कैंट तो मित्रों चले हैं वाटर पार्क में कहीं आज पार्टी का आज जोर बखाने हैं इन्हें दिन हो गए गलाइयां करी हैं ना हैं चेक करके हाँ मार का है और चेक तो कर दिया ना लाग दी के ना आज जोर बखाने पड़े ਕੱਛੇ ਜਿੰਨੇ ਮਰਜ਼ੀ ਪਾ ਲਏ ਤਾਂ ਨਾਲ ਹੀ ਚੁੰਬੜ ਜਾਣੇ ਆ ਚਲੋ ਚੱਲੀਏ ਫਿਰ ਮਿੱਤਰੋ ਬਾਰਡਰ ਤੇ ਅੱਜ ਪੱਟਣੇ ਆਪਾਂ ਬੈਰੀਕੇਡ ਹੋ ਗਿਆ ਤਿਆਰ ਹੋਈ ਪਿੱਛੇ ਨੂੰ ਮੋਟਾ ਔਖਾ ਤੇਰਾ ਏ ਤਿਆਰੀ ਫੁੱਲ ਆ ਬਾਬਾ ਹਾਂ ਜੀ ਸਾਡੀ ਫੁੱਲ ਤਿਆਰੀ ਹੈ ਫਤਿਹ ਬੁਲਾਤੀ ਠੀਕ ਹੈ ਅਰਦਾਸ ਹੋ ਗਈ ਠੀਕ ਹੈ ਨਾਮ ਜਪ ਲਿਆ ਸ੍ਰੀ ਅਕਾਲ ਬਾ ਅੱਜ ਤਾਂ ਹੋ ਗਿਆ ਬਾਈ ਬਾ ਟੈਨਸ਼ਨ ਨਾ ਲੈ ਬਾਈ ਅੱਜ ਤਾਂ ਕਰ ਦੇਣਾ ਆਪਾਂ ਅੱਜ ਦੀ ਤਾਂ ਫੁੱਲ ਤਿਆਰੀ ਹੈ ਪਟਾਕੇ ਪੈ ਜਾਣੇ ਆ ਬੈਠੇ ਲਾ ਲਾ ਏ ਫੁੱਲ ਜੰਗ ਵਾਲਾ ਮਾਹੌਲ ਹੋ ਗਿਆ ਜਿਵੇਂ ਰਾਜਿਆਂ ਦੀਆਂ ਨੀ ਅੱਗੇ ਜੰਗਾਂ ਹੁੰਦੀਆਂ ਜੀ ਤੇ ਉਧਰਲੇ ਪਾਸੇ ਬੰਦੇ ਖੜੇ ਆ ਉਹ ਡਾਂਗਾਂ ਲਈ ਤੇ ਡਾਂਗਾਂ ਲਈ ਇਧਰਲੇ ਪਾਸੇ ਖੜੇ ਆ ਪੂਰਾ ਜੰਗ ਵਾਲਾ ਮਾਹੌਲ ਆ ਮਿੱਤਰੋ ਲੈ ਓਹੋ ਹੋ 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 ਨੀ ਸਰਕਾਰੇ ਨੀ ਇਹ ਲਾਹਨਤਾਂ ਤੈਨੂੰ ਪੈ ਰਹੀਆਂ ਫਿਰ ਵੀ ਤੂੰ ਐਂ ਖੜੀ ਆ ਤੈਨੂੰ ਭੋਰਾ ਸ਼ਰਮ ਨਹੀਂ ਆਉਂਦੀ ਯਾਰ ਆਪਦੇ ਬੰਦਿਆਂ ਨੂੰ ਕੁੱਟੀਆਂ ਉਹ ਲੈ ਕਈਆਂ ਬਾਈਆਂ ਦੇ ਪੱਗਾਂ ਬੰਨੀਆਂ ਹੁਣ ਬਾਈਆਂ ਦੀਆਂ ਡਿਊਟੀਆਂ ਹੁਣ ਕੀ ਕਰ ਸਕਦੇ ਆ ਜੰਗ ਵਾਲਾ ਉੱਧਰ ਫੌਜੀ ਬਾਹਰ ਖੜੇ ਆ ਇੱਧਰ ਆਪਣੇ ਡਾਂਗ ਵਾਲੇ ਖੜੇ ਆ ਕਹਿੰਦੇ ਰਾਜਿਆਂ ਦੀਆਂ ਨੀ ਜੰਗਾਂ ਹੀ ਹੁੰਦੀਆਂ ਉਹ ਮਾਹੌਲ ਬਣਿਆ ਪਿਆ ਭੈਣ ਨਾਲ ਹਾਂਜੀ ਕੀ ਕਾਰਨ ਆ ਹਜੇ ਵੀ ਬਸ ਬਾਈ ਪਾ ਪੰਜ ਚਾਰ ਮਿੰਟ ਹੀ ਆ ਜਾਓ ਬਾਈ ਸੈੱਟ ਲੈ ਬਾਈ ਆਪਣਾ ਭਰਾ ਦਾ ਪ੍ਰੋਡਿਊਸਰ ਵੀ ਪਹੁੰਚਿਆ ਹੈ ਸਹੀ ਹੈ ਹੁਣ ਕਿੱਥੇ ਆ ਆਪਣਾ ਤਿਆਰ ਬਾਰ ਤਿਆਰ ਟਰੈਕਟਰ ਵੀ ਲਿਆ ਜੇ ਬਾਈ ਲਓ ਬਾਈ ਮਿੱਤਰੋ ਸੰਗਲ ਸੁੰਗਲ ਚੱਕੀ ਫਿਰਦੇ ਆ ਉੱਧਰ ਦੀ ਘੇਰ ਲੈਣ ਜਨਤਾ ਆਪਣੀ ਬਾਈ ਉੱਧਰੋਂ ਡਾਂਗਾ ਲੈ ਕੇ ਚੜ੍ਹ ਗਏ ਬਾਈ ਚੜ੍ਹ ਗਏ ਉੱਤੇ ਪੈਂਦੀ ਆ ਕੂਕ ਤਿਆਰ ਆ ਬਾਈ ਓਕੇ ਆ ਕੰਮ ਤਿਆਰ ਆ ਫੁੱਲ ਆਪਣਾ ਵੀ ਉਹ ਖੜਾ ਤਿਆਰ ਆ ਜਮਾ ਓਕੇ ਆ ਕੰਮ ਚੱਲ ਪਿਆ ਕੰਮ ਚੱਲ ਪਿਆ ਪੱਟੇ ਜਾਣੇ ਆ ਅੱਧੇ ਮਨ ਦੇ ਨਾਲ ਆਪਾਂ ਉੱਥੇ ਗਏ ਬੈਰੀਕੇਡ ਪੱਟਣ ਵਾਸਤੇ ਤੇ ਵੀਰੋ ਪੱਟੇ ਨਹੀਂ ਜਾਣੇ ਨੁਕਸਾਨ ਡਬਲ ਹੋ ਜਾਣਾ ਪਤਾ ਕਿਉਂ ਲੀਡਰਾਂ ਨੇ ਕਰੋ ਚੜ ਕੇ ਕਹਿੰਦੇ ਖਣੌਰੀ ਬਾਰਡਰ ਦਾ ਭੰਨਦਾ ਲੈ ਪੰਜਾਂ ਦਸਾਂ ਮਿੰਟਾਂ ਨੂੰ ਆਪਾਂ ਕੰਮ ਸਟਾਰਟ ਕਰ ਦੇਣਾ ਤੇ ਤੋੜ ਕੇ ਬਾਰਡਰ ਗਾਂਹ ਚਲੇ ਜਾਣਾ ਤਿਆਰੀ ਫੁੱਲ ਵੜਾ ਫੁੱਲ ਆ ਬਾਈ ਦੇਖ ਲਓ ਆਪਣੇ ਕਿਸਾਨ ਭਰਾ ਬਾਈ ਵਾਹਣਾ ਵੱਜਦੀ ਹੋ ਕੇ ਉੱਤੋਂ ਦੀ ਘੇਰਾ ਪਾਉਣਾ ਕਿ ਨਹੀਂ ਬਾਈ ਆਪਾਂ ਹਾਂ ਆ ਜਾਓ ਫਿਰ ਤਿਆਰ ਬਰ ਤਿਆਰ ਫੌਜਾਂ ਫੁੱਲ ਮਿੱਤਰੋ ਬੰਬ ਚਲਾ ਦੇ ਬਾਈ
ਸਾਹ ਹੀ ਨਹੀਂ ਆਉਂਦਾ ਯਾਰ, ਜਮਾਂ ਹੀ ਮੈਂ ਤਾਂ ਬੇਹੋਸ਼ ਆ ਕੋਈ ਹੋ ਗਿਆ, ਮੈਂ ਤਾਂ ਚੱਕ ਕੇ ਲਿਆਵਾਂ, ਇੰਨਾ ਕੰਮ ਆ ਸਾਹ ਹੀ ਨਹੀਂ ਆਉਂਦਾ। ਇਹ ਸਰਕਾਰਾਂ ਦਾ ਧੱਕਾ ਬਾਈ ਦੇਖ ਲਓ, ਬੋਲਿਆ ਵੀ ਨਹੀਂ ਜਾਂਦਾ, ਮੂੰਹ ਸਾਰਾ ਮੱਚੀ ਜਾਂਦਾ, ਅੱਖਾਂ 'ਚ ਪਾਣੀ ਆ, ਬਹੁਤ ਬੁਰਾ ਹਾਲ ਆ। ਇਹ ਸਰਕਾਰਾਂ ਸਾਡੀਆਂ ਛੱਡਦੇ ਨਾ, ਛਾਤੀ ਕਰ ਦਿੰਦਾ ਜਾਮ ਤੇ ਬੰਦਾ ਡਿੱਗ ਪੈਂਦਾ ਬੇਹੋਸ਼ ਹੋ ਕੇ। ਮੈਂ ਤਾਂ ਆਪ ਯਾਰ ਜਮਾਂ ਮੇਰੇ ਇੱਥੇ ਜਮਾਂ ਪੈਰਾਂ ਕੋਲੇ ਡਿੱਗਿਆ ਤੇ ਇੱਕੋ ਦਾਂ ਵੀ ਸੰਗ ਨੂੰ ਤਾਂ ਨੂੰ ਝੂਆ ਚੜ ਗਿਆ, ਬਾਲਾ ਹੀ ਬੁਰਾ ਹਾਲ ਹੋ ਗਿਆ ਸੀਗਾ ਯਾਰ। ਇੱਥੇ ਸੀਗੇ ਬੰਬ ਦੀ ਮਾਰ ਉੱਥੋਂ ਲੈ ਕੇ ਇੱਥੋਂ ਤੱਕ, ਠੀਕ ਆ, ਤੇ ਮਰਨ ਵਾਲਾ ਕੰਮ ਹੋਇਆ ਪਿਆ। ਸ਼ਾਂਤਮਈ ਬਾਈ ਅਸੀਂ ਤਾਂ ਸ਼ਾਂਤਮਈ ਬੈਠੇ, ਅਜੇ ਤਾਂ ਕੋਈ ਪ੍ਰੋਸੀਜਰ ਚਲਾਇਆ ਵੀ ਨਹੀਂ ਕਿ ਉਹਨਾਂ ਨੇ ਪਹਿਲੇ ਬੰਬ ਛੱਡਣ ਲੱਗ ਗਏ। ਬੰਬ ਲਿਆ ਬਾਈ ਵੇਖ ਲਓ, ਲੈ ਸਾਹ ਨਹੀਂ ਆਉਂਦਾ ਕਿਸੇ ਨੂੰ ਯਾਰ, ਆਹ ਮੇਰੇ ਤਾਂ ਪਤਾ ਨਹੀਂ ਕੀ ਵੱਜਿਆ, ਓਹੋ ਇੰਨਾ ਕੁ ਜ਼ਿਆਦਾ ਬੁਰਾ ਹਾਲ ਸਾਹ। ਮੈਂ ਤਾਂ ਕਿਹਾ ਬਸ ਮੈਂ ਡਿੱਗੂੰਗਾ ਡਿੱਗੂੰਗਾ ਬਾਈ, ਇੱਕ ਫੜਕੇ ਲਿਆਇਆ ਮੈਂ ਤਾਂ ਬੌਂਦਲ ਗਏ ਮੈਂ। ਟਰਾਲੀ ਕਿਹੜੀ ਚ ਗਏ ਸੀ ਆਪਾਂ, ਕੀ ਸਮਾਚਾਰ ਆਉਣਾ ਅੱਗੇ ਪਿੱਛੇ ਕੱਟੀ ਜਾਂਦੇ ਵੀਰ ਬਾਈ ਯਾਰ, ਪਿੱਛੇ ਬਾਈ ਸਾਹ ਤਾਂ ਆਉਂਦਾ ਨੀ ਕਿਸੇ ਨੂੰ, ਦੱਸ ਕੀ ਕਰਨ, ਲੋਕ ਵੀ ਕੀ ਕਰਨ, ਲੈ ਉਹ ਵੇਖ ਲਾ ਕਿਵੇਂ ਕਰਦਾ ਆਉਂਦਾ ਕਿੱਥੇ ਡਾਂਗਾ ਮਾਰ ਕੇ ਗਏ ਆ, ਜਾਣ ਬੁੱਝ ਗਏ ਟੂਟੀ ਭਰ ਲਈ ਵੀ ਪੱਟ ਦੀ ਭਰ ਲਈ ਟੂਟੀ ਵੀ, ਕੋਈ ਨਾ ਦੋਨੇ ਟੂਪਾਂ ਪੈਣੀਆਂ ਪਾ ਲਾਂਗੇ, ਕੋਈ ਚੱਕਰ ਨੀ ਗਾ। ਜੈਕ ਲਾਓ ਇਹਦੇ, ਜੈਕ ਲਾਓ ਟਰੈਕਟਰ ਦੇ ਭਾਈ, ਇਹਨੂੰ ਨਲਕੀਆਂ ਹੀ ਤੋੜ ਗਏ ਦੋਨੇ, ਅਸੀਂ ਤਾਂ ਗਾਂਹ ਫਿਰਦੇ ਸੀ। ਹੋਰ ਬਾਈ ਯਾਰ ਖੜਦਾ ਤਾਂ ਕੋਈ ਉੱਥੇ ਹੈ ਨੀ, ਬਾਈ ਚਾਰ ਸਾਹਿਬ ਜਾਂਦੇ ਦੀ ਫੋਟੋਆਂ ਤੇ ਡਾਂਗਾ ਮਾਰੀ ਜਾਂਦੇ ਆ, ਇਹ ਆਰ ਐਸ ਐਸ ਆ, ਟਰੈਕਟਰ ਤੇ ਹੈ ਨੀ ਸੀ ਆਪ ਤਾਂ ਹੈ ਨੀ ਟਰੈਕਟਰ ਤੇ, ਚੱਕਰ ਹੀ ਨੀ ਸੀਗਾ। ਆਹ ਲਾਈਟਾਂ ਭੰਨਣ ਨਾਲ ਕੀ ਹੋਜੂ ਗੱਲ ਦੱਸੋ, ਇਹ ਬਾਈ ਐਂ ਤਾਂ ਆਵਾਜ਼ ਦਬਾ ਨਹੀਂ ਸਕਦੇ, ਐਂ ਆਵਾਜ਼ਾਂ ਸਾਡੀਆਂ ਦਬਾ ਲੈਣਗੇ। ਇੰਸਟਾਗ੍ਰਾਮ ਬੈਨ ਕਰਤਾ ਇੰਡੀਆ 'ਚ ਕੋਈ ਚੱਕਰ ਨਹੀਂ, ਯੂਟਿਊਬ ਬੈਨ ਕਰਤਾ ਇੰਡੀਆ 'ਚ ਕੋਈ ਚੱਕਰ ਨਹੀਂ, ਬਾਹਰਲੇ ਭਰਾ ਤਾਂ ਬਾਈ ਸਪੋਰਟ ਕਰਦੇ ਆ ਬਾਈ, ਵੱਧ ਤੋਂ ਵੱਧ ਹੁਣ ਤੁਹਾਡੀ ਲੋੜ ਆ, ਮੇਰੇ ਨਾਲ ਬਾਈ ਬਣ ਕੇ ਕਨੈਕਟ ਕਰੋ, ਆਪਦਾ ਨੰਬਰ ਦਿਓ ਜਾਂ ਇੰਸਟਾਗ੍ਰਾਮ 'ਤੇ, ਜਿਹੜੇ ਭਰਾ ਬਾਹਰਲੇ ਆ। ਹਾਂ ਮੈਂ ਤੁਹਾਨੂੰ ਆ ਫੜ ਲੱਸੀ ਨਹੀਂ ਪੀਣੀ, ਮੈਂ ਤੁਹਾਨੂੰ ਪਹਿਲੇ ਦਿਨ ਵੀ ਕਿਹਾ ਸੀ ਕਿ ਸਾਰਿਆਂ ਨਾਲ ਮੂਹਰੇ ਖੜਿਆ ਹੋਊਗਾ, ਭਾਵੇਂ ਮਰ ਜਾ ਜੋ ਮਰਜ਼ੀ ਹੋ ਜਾਏ, ਭਾਵੇਂ ਟਿਕਟਾਂ ਦਾ ਨੁਕਸਾਨ ਹੋ ਜਾਏ, ਕੋਈ ਚੱਕਰ ਨਹੀਂ। ਆਹ ਦੇਖ ਲਓ ਬਈ ਫਿਰ ਸਾਰਿਆਂ ਨਾਲ ਮੂਹਰੇ ਹੀ ਖੜਾ, ਕੋਈ ਚੱਕਰ ਨਹੀਂ, ਟੂਪਾਂ ਹੀ ਆ, ਟੂਪਾਂ ਪਵਾਲਾਂਗੇ ਜਾਂ ਪੈਂਚਰ ਹੋਊਗਾ ਵੱਧ ਤੋਂ ਵੱਧ, ਹੋਰ ਕੋਈ ਨਹੀਂ ਗਾ, ਠੀਕ ਆ। ਅਤੇ ਪਰ ਮੂਹਰੇ ਖੜੇ ਹਾਂ ਬਈ, ਨਾ ਸਾਡਾ ਬੰਦਾ ਜਿੰਨੇ ਵੀ ਸਾਡੇ ਬੰਦੇ ਕੋਈ ਨਹੀਂ ਭੱਜਾ, ਉੱਥੇ ਖੜੇ ਰਹੇ। ਹੁਣ ਬਈ ਧੂੰਏ 'ਚ ਦੱਸੋ ਬੰਦੇ ਦਾ ਸਾਹ ਹੀ ਬੰਦ ਹੋ ਜਾਂਦਾ, ਬੰਦਾ ਡਿੱਗੂਗਾ ਹੀ ਯਾਰ, ਨੁਕਸਾਨ ਦਾ ਨਹੀਂ ਕੋਈ ਚੱਕਰ, ਭਾਵੇਂ 50,000 ਦਾ ਹੋ ਜਾਂਦਾ ਕੋਈ ਚੱਕਰ ਨਹੀਂ। ਆਏ ਤਾਂ ਆਵਾਜ਼ ਦਬਾ ਨਹੀਂ ਸਕਦੇ, ਇੰਸਟਾਗ੍ਰਾਮ ਬੰਦ ਕਰਕੇ, ਯੂਟਿਊਬ ਬੰਦ ਕਰਕੇ, ਹੈ ਚਾਚਾ ਆਏ ਆਏ ਦਬਾ ਲੈਣਗੇ, ਫਿਰ ਆਏ ਨਹੀਂ ਦਬਾ ਸਕਦੇ।
ਤਾਂ ਬਾਈ ਤਾਂ ਹੀ ਤਾਂ ਆਪਣਾ ਯੂਥ ਇੱਥੇ ਰਹਿੰਦਾ ਨਹੀਂ ਪੰਜਾਬ 'ਚ, ਤਾਂ ਹੀ ਤਾਂ ਸਾਰੇ ਬਾਹਰ ਜਾਂਦੇ, ਇਹ ਕਹਿੰਦੇ ਤੁਸੀਂ ਬਾਹਰ ਨਾ ਜਾਓ ਬਾਹਰ, ਬਾਈ ਇਹੀ ਗੱਲੋਂ ਬਾਹਰ ਜਾਂਦੇ ਆ ਫਿਰ। ਮੈਂ ਤਾਂ ਆਪ ਹੁਣ ਚਾਚਾ ਆਪਾਂ ਵੀ ਚੱਲਦੇ ਹਾਂ ਦੋਨੇ, ਆ ਡੈਣਾ ਸਰ ਉੱਥੇ ਹੀ ਲੈ ਚੱਲਾਂਗੇ। ਤਾਰਾਂ ਹੀ ਆ ਤਾਰਾਂ ਪੱਟ ਕੇ ਡੈੱਕ ਤੋਂ ਇਹਨਾਂ ਨੂੰ ਭੈਣ ਨੀ ਕੀ ਆ, ਇਹ ਤਾਂ ਲਾਵਾਂਗੇ ਬਈ, ਇਹ ਤਾਂ ਚਾਰ ਤਾਰਾਂ ਲਾ ਕੇ ਚਲਾਵਾਂਗੇ। ਲੈ ਰੋਕ ਲੋ ਇਹ, ਚਲੋ ਬਾਈ ਟੂਪਾਂ ਪੜ ਕੇ ਗਏ ਆ ਇਹਨਾਂ ਨੂੰ ਨਾ, ਡਰ ਲੱਗਦਾ ਇਹ ਤੋਂ ਡੈਣਾ ਸਰ ਤੋਂ, ਡਰਦੇ ਸੀ ਆਪਣੇ ਡਾਕਟਰ ਤੋਂ ਬਾਹਲੇ ਦਿਨਾਂ ਦੇ। ਹਾਂ ਸਾਨੂੰ ਪਤਾ ਸੀ ਬਈ ਇਹ ਕੁਛ ਹੋਊਗਾ, ਪਰ ਸਰਕਾਰਾਂ ਇੰਨੀਆਂ ਗੰਦੀਆਂ, ਇੰਸਟਾਗ੍ਰਾਮ ਯੂਟਿਊਬ ਸਾਰਾ ਕੁਛ ਬੈਨ। ਹਾਂ ਕੋਈ ਚੱਕਰ ਨੀ, ਆਏ ਨੀ ਦੱਬਦੇ, ਜੇ ਆਏ ਦਬਾ ਲਓਗੇ ਤਾਂ ਸੂਏ ਮਾਰੇ ਬਾਈ। ਡਾਂਗਾ ਮਾਰੀਆਂ ਬਾਈ ਇੱਥੇ, ਜੁੱਤੀਆਂ ਮਾਰ ਕੇ ਗਏ ਯਾਰ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਤੇ। ਲੈ ਆ ਕੀ ਕਰਕੇ ਗਏ ਆ, ਕੋਈ ਚੱਕਰ ਨੀ ਸਰਬੇ ਬਾਈ। ਕੀ ਹੋਇਆ, ਕਿੰਨੇ ਕਾ ਕਿੰਨੇ ਕਾ ਬਾਈ? ਸੂਏ ਮਾਰ ਮਾਰ ਕੇ ਟਾਇਰ ਪਾੜ ਕੇ ਗਏ ਆ, ਕੋਈ ਚੱਕਰ ਨੀ ਦੱਬਦੇ ਅਸੀਂ ਫਿਰ ਵੀ ਨੀ, ਆਵਾਜ਼ ਸਾਡੀ ਜਿੰਨੀ ਮਰਜ਼ੀ ਦਬਾ ਲਓ ਯਾਰ, ਕਰ ਦੋ ਇੰਸਟਾਗ੍ਰਾਮ ਬੈਨ, ਯੂਟਿਊਬ ਕਰ ਦੋ ਬੈਨ, ਮੂੰਹ ਤਾਂ ਨਾਲ ਹੀ ਆ ਸਾਡਾ। ਟਾਇਰ ਬਾਈ ਪਾੜ ਕੇ ਗਏ ਆ ਉਹ, ਆ ਯਾਰ ਫੋਟੋਆਂ ਤੇ ਮਾਰ ਕੇ ਗਏ ਆ ਯਾਰ ਚਾਰ ਸਾਹਿਬਜ਼ਾਦਿਆਂ ਦੀਆਂ, ਆ ਦੇਖ ਲੋ, ਲੈ ਆ ਦੇਖ ਲੋ। ਕੋਈ ਚੱਕਰ ਨੀ ਕੋਈ ਚੱਕਰ ਨੀ ਮਿੱਤਰੋ, ਟੈਨਸ਼ਨ ਨਾ ਲਿਓ, ਡਿਆਣਾ ਸੁਰ ਆਪਣਾ ਓਕੇ ਹੈ, ਪਰ ਚੜ੍ਹਦੀ ਕਲਾ 'ਚ ਟੈਨਸ਼ਨ ਨਾ ਲਿਓ, ਕੋਈ ਚੱਕਰ ਨੀ ਯਾਰ ਨਵਾਂ ਪਵਾ ਲਾਂਗੇ। ਆਪਾਂ ਖੜੇ ਆ ਨਾ ਟ੍ਰੈਕਟਰ ਲੈ ਕੇ ਸਾਰਿਆਂ ਨੂੰ ਮੂਹਰੇ ਖੜੇ ਸੀ, ਸਾਰੇ ਇਕੱਠੇ ਹੋ ਕੇ ਚਲੋ ਬਈ ਗਏ ਸੀ ਅਸੀਂ, ਜਿੰਨੀ ਦੁਨੀਆਂ ਉੱਥੇ ਹੈ ਨਾ ਉਦੋਂ ਦਾ ਕਿੰਨੀ ਤਾਂ ਤੁਰੀ ਫਿਰਦੀ ਆ। ਹਾਂ ਤੇ ਪੁੱਛਦੇ ਆ ਬਾਈ ਬੰਬ ਚੱਲੇ ਉੱਥੇ, ਨਹੀਂ ਬਾਈ ਬੱਬੂ ਮਾਨ ਦਾ ਖੜਾ ਲੱਗਿਆ ਹੋਇਆ। ਹਾਂ ਬਾਈ ਮੈਨੂੰ ਸਾਹ ਨਾ ਆਵੇ, ਤਿੰਨੇ ਜਣਿਆਂ ਨੇ ਚੱਕਿਆ ਮੈਨੂੰ, ਬੰਬ ਦਿਖਾਓ ਜੀ, ਬੰਬ ਚੁੱਕ ਕੇ ਲਿਆਏ ਮਾਰੇ ਆ ਬਾਈ ਟਾਇਰਾਂ ਚ ਯਾਰ, ਭੈਣ ਰਹੇ ਐਵੇਂ ਤਾਂ ਨੀ ਟਾਇਰ ਪਾਟ ਗਿਆ, ਆਹ ਦੇਖ ਲੋ ਆਹ ਰਬੜ ਦੀ ਗੋਲੀ ਮਾਰੀ ਹੁੰਦੀ ਹੈ। ਇਹਨਾਂ ਦਾ ਓਟ ਆਸਰਾ ਲੈ ਕੇ ਤੁਰੇ ਸੀ ਬਾਈ, ਤੇ ਨਾਲ ਕੁਛ ਨੀ ਹੋਇਆ ਮਿੱਤਰੋ, ਪਰ ਕੋਈ ਗੱਲ ਨੀ ਦਿੱਲੀ ਤਾਂ ਜਿੱਤਾਂਗੇ, ਹੋ ਜਾਣ ਦੇ ਇਹਨੂੰ ਸੈੱਟ, ਫੇਰ ਚੱਲਾਂਗੇ ਕੋਈ ਚੱਕਰ ਨੀ। ਕੋਈ ਚੱਕਰ ਨੀ ਕੋਈ ਚੱਕਰ ਨੀ ਆਧਾਰ ਤੇ ਹੀ ਸੁਣੋ।
ਇੰਸਟਾਗ੍ਰਾਮ ਯੂਟਿਊਬ ਬੈਨ ਲੱਕੀ ਗੋਲਡ ਸਮਿਥ ਕੋਈ ਚੱਕਰ ਨਹੀਂ ਬਾਈ ਕੋਈ ਚੱਕਰ ਨਹੀਂ ਇਹ ਬੈਨ ਬੂਨ ਹੁੰਦਾ ਰਹਿੰਦਾ ਗੱਲ ਤਾਂ ਇਹ ਆ ਟ੍ਰੈਕਟਰ ਦਾ ਨੁਕਸਾਨ ਚਲੋ ਇਹ ਵੀ ਕੋਈ ਚੱਕਰ ਨਹੀਂ ਇਹ ਤਾਂ ਮਰਨ ਵਾਸਤੇ ਆਏ ਸੀ ਆਪਾਂ ਚਾਚਾ ਪਰਵਾਹ ਨੀ ਕਰਨੀ ਟੈਨਸ਼ਨ ਨਾ ਲੈ ਸਾਡਾ ਬੰਦਾ ਟੈਨਸ਼ਨ ਲੈ ਜਾਂਦਾ ਬਾਈ ਜੇ ਟ੍ਰੈਕਟਰ ਤੇ ਝੀਟ ਵੀ ਆਉਂਦੀ ਆ ਕੋਈ ਚੱਕਰ ਨੀ ਚਾਚਾ ਇਹ ਝੋਟਾ ਆਪਣਾ ਡੈਣਾ ਸੋਰਾ ਪਰਵਾਹ ਨੀ ਕਰਨੀ ਯਾਰ ਕੋਈ ਚੱਕਰ ਨੀ ਗਾ ਫਿਰ ਸਾਡੇ ਨੌਜਵਾਨਾਂ ਤੇ ਮਾਰਿਆ ਬਾਈ ਕਿੰਨੇ ਜਾਣੇ ਸ਼ਹੀਦ ਹੋ ਗਏ ਬਾਈ ਪੰਜ ਮੁੰਡੇ ਸ਼ਹੀਦ ਹੋ ਗਏ ਆਪਣੇ ਸ਼ਹੀਦ ਹੋ ਗਏ ਤਿੰਨ ਨੇ ਟਵਾਲੀ ਬੰਦੇ 10 ਮੁੰਡੇ ਆਪਣੇ ਚੱਕ ਕੇ ਲੈ ਗਏ ਬਾਈ ਬਾਈ ਸਾਨੂੰ ਐਂ ਦੱਸੋ ਸਾਡੇ ਨਾਲ ਲੜਾਈ ਕਿਹਦੀ ਆ ਬਾਈ ਚਾਰ ਸਾਹਿਬਜ਼ਾਦਿਆਂ ਦੀਆਂ ਫੋਟੋਆਂ ਤੇ ਬਾਈ ਲੱਤਾਂ ਮਾਰ ਕੇ ਗਏ ਉਹ ਭੰਨ ਕੇ ਗਏ ਆਪਣੀ ਨੌਜਵਾਨੀ ਨੂੰ ਬੇਨਤੀ ਕਰਦੇ ਆ ਹਿੱਕ ਤੇ ਚੜ ਕੇ ਠੋਕ ਦੋ ਬਾਈ ਆਪਾਂ ਇਹਨਾਂ ਦਾ ਨਹੀਂ ਆਪਾਂ ਇਹਨਾਂ ਦਾ ਕੀ ਨੁਕਸਾਨ ਕੀਤੇ ਗੱਡੀਆਂ ਕਾਹਤੋਂ ਬੰਨੀਆਂ ਸਾਡੀਆਂ ਇਹਨਾਂ ਨੇ ਆਪਣੇ ਟ੍ਰੈਕਟਰ ਪਰ ਠੀਕ ਆ ਤੁਸੀਂ ਸਾਡੇ ਨਾਲ ਲੜੋ ਸਾਡੇ ਸੰਤਾਂ ਨਾਲ ਕਾਹਤੋਂ ਬਾਈ ਭੰਨਦੇ ਆ ਬਾਈ ਸੰਤਾਂ ਦੇ ਤਾਂ ਅਮਰੀਕੋਟ ਨੇ ਦੇ ਦਿੱਤਾ ਵੀ ਗੱਟਾਂ ਦਾ ਟ੍ਰੈਕਟਰ ਲਾਉਣ ਦਿਓ ਹਾਂ ਆ ਦੇਖ ਲਓ ਬਾਈ ਆ ਫੈਰ ਮਾਰੇ ਆ ਟ੍ਰੈਕਟਰ ਵੀ ਨਾ ਸਾਡੇ ਕੋਲ ਹੈ ਯਾਰ ਅਰ ਇੱਕ ਮੈਨੂੰ ਦੇ ਦਿਓ ਤੁਸੀਂ ਰੱਖ ਲਓ ਇੱਕ ਨੌਜਵਾਨ ਬਈ ਮਰੀ ਜਾਂਦੇ ਸ਼ਹੀਦ ਹੋਈ ਜਾਂਦੇ ਆ ਆਹ ਤੁਹਾਨੂੰ ਦਿਖਾਏ ਆ ਨਾ ਬਈ ਯਾਰ ਆਹ ਚਲਾਉਣ ਦਾ ਕਿਹਨਾਂ ਨੇ ਆਰਡਰ ਦਿੱਤਾ ਬਈ ਕਿੰਨੇ ਆਰਡਰ ਦਿੱਤਾ ਐਂਬੂਲੈਂਸਾਂ ਭਰ ਭਰ ਜਾਈ ਜਾਂਦੀਆਂ ਯਾਰ ਕੋਈ ਮਰੀ ਜਾਂਦੇ ਆ ਕੋਈ ਜ਼ਖਮੀ ਹੋਈ ਜਾਂਦੇ ਆ ਵੇਖ ਲਓ ਮੋਦੀ ਸਰਕਾਰ ਦਾ ਖੱਟਰ ਸਰਕਾਰ ਦਾ ਹਾਲ ਵੇਖ ਲਓ ਇਹ ਸਾਡੀ ਜਵਾਨ ਵੀ ਦਵਾਉਂਦੇ ਆ ਤੇ ਕੋਈ ਨਾ ਚੈਨਲ ਮੇਰੇ ਕੋਲੇ ਵਾਧੂ ਕਿੰਨੇ ਕੁ ਬੈਨ ਕਰੋਗੇ ਯਾਰਾਂ ਦੋਸਤਾਂ ਦੇ ਚੈਨਲ ਵਾਧੂ ਪਰ ਯਾਰ ਆਹ ਫੈਰ ਯਾਰ ਆਹ ਫੈਰ ਮਾਰੋਗੇ ਤੁਸੀਂ ਸਾਡੇ ਲਾਂਤਾਂ ਤੁਹਾਡੇ ਤੇ ਯਾਰ ਸਰਕਾਰੇ ਆ ਰੌਂਦਾ ਬਈ ਆ ਰੌਂਦ ਮਾਰੀ ਜਾਂਦੇ ਸਾਡੇ ਭਰ ਭਰ ਜਾਈ ਜਾਂਦੀਆਂ ਸਾਡੇ ਨੌਜਵਾਨ ਕੋਈ ਫੱਟੜ ਕਰੀ ਜਾਂਦੇ ਕਿਸੇ ਨੂੰ ਸ਼ਹੀਦ ਕਰ ਦਿੰਦੇ ਆ ਆ ਰੌਂਦੇ ਯਾਰ ਮੈਂ ਤਾਂ ਹੈਰਾਨ ਆ ਯਾਰ ਬਈ ਯਾਰ ਕਿਹੜੇ ਰੌਂਦ ਤੁਸੀਂ ਮਾਰ ਰਹੇ ਆ ਸਾਡੇ ਤੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜਿਵੇਂ ਲੰਗਰ ਨੂੰ ਟੁੱਟ ਟੁੱਟ ਭੱਜਦੇ ਹੁੰਦੇ ਆ ਨਾ ਉਵੇਂ ਇਹਨਾਂ ਨੂੰ ਟੁੱਟ ਟੁੱਟ ਭੱਜੋ ਹਮਲਾ ਕਰੋ ਇਕੱਠੇ ਹੋ ਕੇ ਜਿਵੇਂ ਲੰਗਰ ਨੂੰ ਭੱਜਦੇ ਆ ਉਵੇਂ ਇਹਨਾਂ ਨੂੰ ਭੱਜੋਗਾ ਇੱਕ ਤਾਂ ਕੀਤਾ ਹੋਵੇ ਫੇਰ ਬਾਈ ਲੰਗਰ ਨੂੰ ਤਾਂ ਆਪਾਂ ਟੁੱਟ ਟੁੱਟ ਪੈਣ ਲੱਗ ਜਾਂਦੇ ਆ ਗੁੱਸੇ ਵਾਲੀ ਗੱਲ ਨੀ ਬਾਈ ਇਹ ਸਹੀ ਗੱਲ ਆ ਰੋੜੇ ਮਾਰਦਣੀ ਆ ਇੱਥੇ ਬਾਈ ਬਣ ਕੇ ਰੋੜੇ ਨਾ ਮਾਰੋ ਜੰਗ ਜਿੱਤਾ ਜੰਗ ਸੂਰਮੇ ਆ ਤੁਸੀਂ ਪੰਜਾਬ ਦੇ ਯਾਰ ਰੋੜੇ ਮਾਰਨ ਥੋੜੀ ਆਏ ਆ ਚਲੋ ਬਾਈ ਚਲੋ ਬਈ ਇਹਨਾਂ ਨੇ ਨਾ ਭਰਾਇਆ ਵਾ ਕਿ ਪੰਜਾਬ ਵੀ ਮਾਰਨੇ ਆ ਕਿਸਾਨ ਫੇਲ ਕਰਨੇ ਇਹਨਾਂ ਨੇ ਪੰਜਾਬ ਦੇ ਵਿੱਚ ਐਂਟਰ ਕਰ ਗਏ ਬਈ ਇਹਨਾਂ ਨੂੰ ਆਏ ਆ ਕਿ ਅਸੀਂ ਸਾਰੇ ਮਾਰ ਦਈਏ ਪੱਕੇ ਫੈਰ ਮਾਰਦੇ ਆ ਯਾਰ
ਇਹਨੂੰ ਦਿਖਾ ਇੱਧਰ ਦਿਖਾ ਵੀ ਫੌਜ ਕਿੱਥੇ ਫਿਰਦੀ ਆ ਫੌਜ ਤਾਂ ਉੱਤੇ ਚੜਿਆ ਜੀ ਬਾਈ ਟਰਾਲੀ ਨੂੰ ਅੱਗ ਲੱਗ ਗਈ ਹਾਏ ਰੱਬਾ ਬਈ ਯਾਰ ਕੀ ਬਣੂਗਾ ਬਈ ਪੰਜਾਬ ਦਾ ਬਗਾਤਾ ਭਰਾ ਦੀ ਫੋਟੋ ਲੱਗੀ ਸੀਗੀ ਉਹਤੇ ਡਾਂਗਾ ਮਾਰ ਕੇ ਗਏ ਉਹਤੇ ਜੁੱਤੀਆਂ ਮਾਰ ਕੇ ਗਏ ਇਹ ਕਿਹੜੀ ਲੜਾਈ ਆ ਬਈ ਸਾਡੇ ਸਿੱਖਾਂ ਨਾਲ ਕਾਹਦੀ ਲੜਾਈ ਆ ਤੁਹਾਡੀ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਦੀ ਉੱਤੇ ਕਾਹਦੋਂ ਡਾਂਗਾ ਮਾਰਦੇ ਆ ਜਿੱਥੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਸੀ ਵਿੱਚੋਂ ਡਾਂਗਾ ਮਾਰ ਕੇ ਟੈਂਕ ਤੋੜ ਕੇ ਫੱਟੀ ਤੇ ਚੜ ਗਏ ਅਸੀਂ ਬਾਰਡਰ ਤੇ ਠੰਡਾ ਜਿਹਾ ਹੋ ਗਿਆ ਮਾਹੌਲ ਸਾਡੇ ਨੌਜਵਾਨ ਬਈ ਸਾਡੇ ਨੌਜਵਾਨ ਇਹਨਾਂ ਨੇ ਸ਼ਹੀਦ ਕੀਤੇ ਬਾਈ 315 ਦੇ ਵੀ ਮੈਂ ਸੁਣਿਆ ਰੌਂਦ ਠੀਕ ਆ ਮਾਰੇ ਆ 12 ਬੋਰ ਦੇ ਬਾਈ ਸਿੱਧੇ ਐਂਬੂਲੈਂਸਾਂ ਭਰ ਭਰ ਜਾ ਰਹੀਆਂ ਠੀਕ ਆ ਕੌਣ ਜ਼ਿੰਮੇਦਾਰ ਹੈ ਠੀਕ ਆ ਆਏ ਯਾਰ ਇਹ ਆਪਦੀ ਸਰਕਾਰ ਯਾਰ ਇੰਡੀਆ 'ਚ ਹੀ ਇੰਡੀਆ ਨੂੰ ਬਈ ਮਾਰਦਾ ਯਾਰ ਇਹ ਪੰਜਾਬ ਨੂੰ ਨਾ ਪੰਜਾਬ ਨੂੰ ਫੇਰ ਕਰਨਾ ਚਾਹੁੰਦੇ ਆ ਪੰਜਾਬ 'ਚ ਇਕਜੁੱਟ ਹੋ ਕੇ ਹਮਲਾ ਕਰਦੇ ਨਾ ਅੱਗੇ ਕਿੰਨੀਆਂ ਜੰਗਾਂ ਜਿੱਤੀਆਂ ਯਾਰ ਅਸੀਂ ਕਿੰਨੀਆਂ ਜੰਗਾਂ ਜਿੱਤੀਆਂ ਆਪਾਂ ਕਿਆ ਜੰਗ ਨਹੀਂ ਬਾਈ ਜੀ ਇਕੱਠੇ ਹੋ ਕੇ ਹਮਲਾ ਕਰੋਗੇ ਤਾਂ ਕੋਈ ਮੰਨ ਜੂਗਾ ਜੇ ਆਪਦੀ ਮਰਜ਼ੀ ਕਰਨੀ ਆ ਬਈ ਇੱਕ ਬੰਦੇ ਦੀ ਗੱਲ ਸੁਣੋ ਠੀਕ ਆ ਇੱਕ ਬੰਦੇ ਦੀ ਗੱਲ ਸੁਣੋ ਰਣਨੀਤੀ ਨਾਲ ਕੰਮ ਕਰੋ ਐਂ ਥੋੜੀ ਸਿੱਧਾ ਕੰਧ 'ਚ ਜਾ ਕੇ ਵੱਜੇ ਤੇ ਕੰਮ ਹੋ ਗਿਆ ਐਂ ਨਹੀਂ ਕੰਮ ਹੁੰਦੇ ਹੁੰਦੇ ਰਣਨੀਤੀ ਬਣਾ ਕੇ ਸਿਆਣੇ ਬੰਦਿਆਂ ਦੀਆਂ ਬਾਈ ਇਹ ਵੀ ਜਿਹੜੇ ਆਪਣੇ ਮੂਹਰੇ ਲੱਗੇ ਫਿਰਦੇ ਆ ਨਾ ਇਹ ਕਮਲੇ ਨਹੀਂ ਗੇ ਬਾਈ ਐਵੇਂ ਨਹੀਂ ਆਪਾਂ ਨੂੰ ਇੱਥੇ ਲੈ ਕੇ ਮਾੜਾ ਇਹਨਾਂ ਦੀ ਵੀ ਸੁਣੋ ਯਾਰ ਆਗੂਆਂ ਦੀ ਵੀ ਸੁਣੋ ਜਥੇਬੰਦੀਆਂ ਦੀ ਸੁਣੋ ਯਾਰ ਤੁਸੀਂ ਤਾਂ ਊਂ ਹੀ ਸਿੱਧਾ ਹੀ ਯਾਰ ਜੇ ਕੰਧਾਂ 'ਚ ਵੱਜੋਗੇ ਫਿਰ ਤਾਂ ਖਾਓਗੇ ਬਾਈ ਥਾਪੜੇ ਸਹੀ ਆ ਨਾ ਜੇ ਰਣਨੀਤੀ ਬਣਾ ਕੇ ਹਮਲਾ ਕਰਦੇ ਨਾ ਬਹੁਤ ਕੁਛ ਹੋ ਜਾਂਦਾ ਜਦੋਂ ਆਪ ਮਾਰੇ ਹੋ ਜਾਂਦੇ ਉਦੋਂ ਤਾਂ ਬਸ ਇਹ ਜਿਹਾ ਕੁਛ ਨਹੀਂ ਹੁੰਦਾ ਹੁੰਦਾ ਯਾਰ ਆਹ ਬੰਦਾ ਕਹਿੰਦਾ ਇੱਥੇ ਗੋਲੀ ਨਹੀਂ ਚੱਲੀ ਗਲਤ ਨਹੀਂ ਹੋ ਜਾਣਾ ਗੋਲੀ ਕਿਉਂ ਨਹੀਂ ਚੱਲੀ ਮੈਂ ਰੌਣ ਦਿਖਾ ਦਿੰਦਾ ਤੈਨੂੰ ਪਤਾ ਨਹੀਂ ਕੁੱਝ ਬੰਦਾ ਸੌਰੀ ਵਾਲੀ ਗੱਲ ਨਹੀਂ ਨਾ 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 ਫੌਜ ਆ ਗਈ ਸੀ ਬਾਈ ਚੜ ਕੇ ਇੰਨਾ ਯਾਰ ਇਹ ਸਾਨੂੰ ਅਸੀਂ ਯਾਰ ਅੱਤਵਾਦੀ ਤਾਂ ਨਹੀਂ ਬਾਈ ਯਾਰ ਅਸੀਂ ਤਾਂ ਕਿਸਾਨ ਆ ਬਾਈ ਅੱਤਵਾਦੀ ਨਹੀਂ ਅਸੀਂ ਕਿਸਾਨ ਆ ਬਾਈ ਸਾਨੂੰ ਕਿਸਾਨਾਂ ਵਾਂਗੂ ਟ੍ਰੀਟ ਕਰੋ ਅੱਤਵਾਦੀਆਂ ਵਾਂਗੂ ਨਾ ਕਰੋ ਅਸੀਂ ਤਾਂ ਸ਼ਾਂਤਮਈ ਦਿੱਲੀ ਜਾਣਾ ਚਾਹੁੰਦੇ ਸਾਨੂੰ ਲੰਘਣ ਕਿਉਂ ਨਹੀਂ ਦਿੰਦੇ ਨਾ ਅਸੀਂ ਬਾਈ ਸਾਡੇ ਕੋਲ ਹਥਿਆਰ ਆ ਆ ਸੋਟੀ ਆ ਬਾਈ ਇਹ 'ਚ ਵੀ ਝੰਡਾ ਪਾਇਆ ਹੁੰਦਾ ਠੀਕ ਹੈ ਮੋਟੀ ਆ ਸੋਟੀ ਬੌਂਡ 'ਚ ਲੈਣਾ ਜਿਵੇਂ ਜਹਾਜ਼ਾਂ ਨਾਲ ਤੋਂ ਗੋਲੇ ਸਿੱਟੇ ਹੁੰਦੇ ਆ ਥਾਂ ਥਾਂ ਅੱਗ ਧੁਖੀ ਜਾਂਦੀ ਆ ਇਹ ਕੁਛ ਅਸੀਂ ਨਹੀਂ ਚਾਹੁੰਦੇ ਬਾਈ ਅਸੀਂ ਸ਼ਾਂਤਮਈ ਜਾਣਾ ਚਾਹੁੰਦੇ ਹਾਂ ਪਰ ਸਾਨੂੰ ਜਾਣ ਨਹੀਂ ਦਿੰਦੇ ਅਸੀਂ ਕੋਈ ਇਹਨਾਂ ਦੀ ਮਸ਼ੀਨਰੀ ਨੂੰ ਭੰਨਿਆ ਯਾਰ ਇਹ ਸਾਡੇ ਸੰਦ ਕਾਹਤੋਂ ਭੰਨਦੇ ਆ ਠੀਕ ਆ ਪਿਓਾਂ ਵਰਗੇ ਟਰੈਕਟਰ ਆ ਸਾਡੇ ਭਰਾਵਾਂ ਵਰਗੇ ਆ ਪੁੱਤਾਂ ਵਰਗੇ ਆ ਇਹ ਉਹਨਾਂ ਨੂੰ ਭੰਨੀ ਜਾਂਦੇ ਅਸੀਂ ਜੜ ਨਹੀਂ ਸਕਦੇ ਬਾਈ ਮੈਨੂੰ ਪਤਾ ਮੈਨੂੰ ਕੀ ਮੇਰੇ ਦਿਲ 'ਤੇ ਰੋਣਾ ਆ ਰਿਹਾ ਬਾਈ ਉਹ ਬਾਈ ਸਾਡਾ ਨੁਕਸਾਨ ਕੀਤਾ ਇਹਨਾਂ ਨੇ ਦੇਖੋ ਦੇਖ ਲਓ ਠੀਕ ਆ ਮਸ਼ੀਨਰੀਆਂ ਦਾ ਕਾਹਤੋਂ ਨੁਕਸਾਨ ਕਰਦੇ ਆ ਯਾਰ ਆ ਬੰਬ ਜੇ ਨਾ ਸਿੱਟੋ ਆ ਜਾਓ ਭੈਣ ਨੂੰ ਇਕੱਲੇ ਨਾਲ ਇਕੱਲਾ ਦੇਖੇ ਕਿ ਨਹੀਂ ਬਾਈ
ਮੈਂ ਕਹੂੰ ਬੰਬ ਜੇ ਨਾ ਸਿੱਟੋ, ਕੱਲੇ ਨਾ ਕੱਲੇ ਆਈ ਜਾਓ, ਬੰਬ ਵੀ ਸਿੱਟ ਲੈਣਾ ਪੱਕੀ ਆਣਾ। ਟ੍ਰੈਕਟਰ ਦੇਖ ਲੋ ਲੈ, ਇਹਦਾ ਟਾਇਰ ਪਾੜਤਾ, ਇਹ ਪਾੜਿਆ ਕਿਵੇਂ ਆ ਟਾਇਰ, ਇਹ ਦੇਖ ਕਿਹਦੀ ਵੀ ਨਲਕੀ ਪੱਟੀ ਆ, ਨਲਕੀ ਪਾੜਤੀ, ਹਾਏ ਹੋਏ ਮਾਲੀ ਖੋਲ ਕੇ ਲੈ ਗਿਆ ਇੰਨਾ ਯਾਰ ਤੁਸੀਂ ਯਾਰ ਸਾਡੀਆਂ ਮਸ਼ੀਨਰੀਆਂ ਤੇ ਕਹਿ ਰਟਾਇਆ। ਦੇਖੀ ਡੈਕ ਦੇਖਦਾ ਨੀ, ਡੈਕ ਦਿਖਾ ਅੱਗੋ ਦੇਖ ਲੋ ਬਾਈ, ਟੈਂਕੀਆਂ ਦੇ ਵਿੱਚ ਲੂਣ ਪਾ ਗਏ ਯਾਰ। ਆਏ ਨੀ, ਅਸੀਂ ਤਾਂ ਆਪਦੇ ਤਿੰਨ ਤਿੰਨ ਚਾਰ ਚਾਰ ਟਰੈਕਟਰ ਆ ਸਾਡੇ ਕੋਲੇ, ਪਿੱਛੇ ਬਹੁਤ ਖੜੇ ਆ, ਜੇ ਤੁਸੀਂ ਕਹੋਗੇ ਆਏ ਤਾਂ ਬਾਲੋਗੇ। 55 ਦਾ ਕੀ ਹਾਲ ਕੀਤਾ, ਟਰੈਕਟਰਾਂ ਨੂੰ ਸਾਡਿਆਂ ਨੂੰ ਕਾਹਤੋਂ ਬੰਨਿਆ ਜਾ ਰਿਹਾ ਇਹ ਦੱਸੋ। ਆ ਤਾਰਾਂ ਹਾਏ ਹੋਏ ਰੱਬਾ, ਉਹ ਤੁਹਾਡੀ ਓਏ ਹਾਏ ਹੋਏ ਰੱਬਾ ਬਾਈ ਯਾਰ, ਜਮਾਂ ਹੀ ਯਾਰ ਜਮਾਂ ਹੀ ਤੁਹਾਡਾ ਬੇੜਾ ਗਰਕ ਹੋ ਗਿਆ ਕੀ ਯਾਰ। ਆ ਲੈ ਵੇਖ ਲਓ ਮਿੱਤਰੋ, ਆ ਆਪਣੇ ਨਾਲ ਹੋ ਰਹੀਆਂ, ਆਪਦੇ ਪੰਜਾਬ 'ਚ ਹੀ ਖੜੇ ਆ ਹਜੇ, ਪੰਜਾਬ 'ਚ ਹੀ ਖੜੇ ਆ ਹਜੇ ਬਾਈ, ਤੇ ਆਪਣੇ ਪੰਜਾਬ 'ਚ ਹੀ ਛਿੱਤਰ ਪੈ ਰਹੇ ਆ, ਪੰਜਾਬ 'ਚ ਆ ਕੇ ਮਰਦੇ ਆ। ਆਪਾਂ ਉਹਨਾਂ ਦੀ ਨਸਲ 'ਚੋਂ ਹਰੀ ਸਿੰਘ ਨਲੂਏ ਦੀ ਦਸ ਬਾਰਾਂ ਬੰਦੇ ਲੈ ਗਏ ਬਾਈ, ਕਹਿੰਦੇ ਮਿੱਤਰੋ ਅੱਜ ਤਾਂ ਬਾਹਲਾ ਜਾਂਦੇ ਆ, ਸਾਲਾ ਦੇਖਿਆ ਨੀ ਜਾਂਦਾ ਯਾਰ, ਦੇਖਿਆ ਨੀ ਜਾਂਦਾ ਬਾਈ ਕੀ ਯਾਰ, ਟਰੈਕਟਰਾਂ ਦਾ ਇੰਨਾ ਨੁਕਸਾਨ ਯਾਰ, ਲੈ ਦੇਖਿਆ ਨੀ ਜਾਂਦਾ ਬਾਈ ਇੰਨਾ ਯਾਰ। ਕਹਿੰਦੇ ਟਰੈਕਟਰ ਢਾਕਤਾ, ਤਰਪਾਲਾਂ ਤਰਪੂਲਾਂ ਪਾ ਦੀਆਂ, ਕੋਈ ਚੱਕਰ ਨੀ, ਨਵੀਆਂ ਪਵਾ ਦੀਆਂ, ਟੂਪਾ ਟਾਪਾ ਕਿਰਾਂ ਪਾ, ਹਵਾ ਭਰਤੀ ਇੱਕ ਦੋਨੇ ਟਾਇਰਾਂ 'ਚ, ਹਾਂ ਹੁਣ ਦੋਨੇ ਟੂਪਾਂ 'ਚ ਪਾਣੀ ਵੀ ਭਰਾਂਗੇ ਚਾਚਾ, ਠੀਕ ਆ। ਬਾਕੀ ਹੁਣ ਟਾਇਰ ਆਪਾਂ ਨਵੇਂ ਹੀ ਪਵਾਵਾਂਗੇ, ਹੈ ਨਾ ਬਾਬਾ ਸੁੱਖ ਰੱਖੇ, ਠੀਕ ਆ। ਅਤੇ ਬਾਕੀ ਕੰਮ ਓਕੇ ਆ ਮਿੱਤਰੋ, ਯੂਟਿਊਬ ਬੈਨ ਕਰਤੇ, ਇੰਸਟਾਗ੍ਰਾਮ ਬੈਨ ਕਰਤਾ, ਕੋਈ ਨਾ ਚੈਨਲ ਬਹੁਤ ਆ ਸਾਡੇ ਕੋਲ, ਇੱਕ 40,000 ਸਬਸਕ੍ਰਾਈਬਰ ਵਾਲਾ ਹੈਗਾ, ਉਹਦੇ 'ਤੇ ਪਾਉਂਦੇ ਹਾਂ ਵੀਡੀਓ ਵੂਡੀਓ, ਕੋਈ ਚੱਕਰ ਨਹੀਂ, ਬਾਬਾ ਸੁੱਖ ਰੱਖੇ। ਅੱਜ ਜੋ ਵੀ ਹੋਇਆ ਨਾ ਬਾਹਲਾ ਮਾੜਾ, ਆਪਣੇ ਬਾਈ ਤਿੰਨ ਬੰਦੇ ਹੈ ਨਾ ਸ਼ਹੀਦ, ਸ਼ਹੀਦ ਹੀ ਆ ਬਾਈ, ਤੇ ਬਾਈ ਇੱਕ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ, ਤੇ ਸਿਰ ਤੇ ਬਾਪ ਵੀ ਹੈ ਨੀ ਸੀ, ਬੱਲੋ ਪਿੰਡ ਦਾ ਮਾਂ ਨਾ, ਤਿੰਨ ਭੈਣਾਂ ਸੀ, ਇੱਕ ਭੈਣ ਗਈ ਆ ਦੋ ਕੁਵਾਰੀਆਂ, ਬਾਹਲਾ ਹੀ ਮਾੜੀ ਗੱਲ ਹੋਈ ਬਾਈ। ਤੇ ਅਸੀਂ ਤਾਂ ਟਰਾਲੀ 'ਚ ਬੈਠੇ ਸੀਗੇ, ਮੈਂ ਪ੍ਰਧਾਨ ਸਾਹਿਬ ਨਾਲ ਬੈਠਾ ਸੀ ਪਿੰਡ ਵੱਲੋਂ, ਤੇ ਉਹ ਕਹੀ ਜਾਂਦੇ ਸੀ ਅੱਜ 10 ਮਿੰਟ ਖੜ ਜਾਓ, ਜਨਤਾ ਨੇ ਪਹਿਲਾਂ ਚੱਕਤਾ ਕੰਮ, ਚਲੋ ਕੋਈ ਗੱਲ ਨੀ, ਮਰੇ ਤਾਂ ਕਈ ਆ, ਬਾਕੀ ਆਹ ਮਾੜਾ ਕੰਮ ਹੋਇਆ। ਮਸ਼ੀਨਰੀਆਂ ਬਾਈ ਤੁਸੀਂ ਤੁਹਾਨੂੰ ਦਿਖਾਈਆਂ ਹੀ ਆ, ਕਿੰਨੇ ਟਰੈਕਟਰਾਂ ਦਾ ਚਾਚਾ ਨੁਕਸਾਨ ਯਾਰ ਬਾਈ, ਛੋਆਂ ਭਾਂਤੀਆਂ, ਟਾਇਰ ਭਾਂਤੇ, ਘੱਟੋ ਘੱਟ 25-30 ਟਰੈਕਟਰ ਤੇ ਗੱਡੀਆਂ, ਹਨਾ ਬਾਈ ਨੁਕਸਾਨ ਇੰਨਾ ਮਾੜਾ। ਇਹ ਸਰਕਾਰ ਬਾਈ ਇਹਨਾਂ ਨੂੰ ਆਏ ਆ ਕਿ ਅੱਤਵਾਦੀ ਆ, ਤਾਂ ਬਾਈ ਫੈਰ ਬਾਈ ਸਿੱਧੇ ਫੈਰ ਕਵੇਂ ਮਾਰ ਸਕਦੇ ਆਪਣੇ ਤੇ ਯਾਰ, ਭੈਣ ਚੋ 300-15-12 ਬੋਰ ਸਿੱਧੇ ਹੀ ਫੈਰ ਮਾਰੀ ਜਾਂਦੇ ਯਾਰ, ਆਏ ਤਾਂ ਨੀ ਬਾਈ ਬਾਰਡਰ ਬਾਰਡਰ। ਬਾਕੀ ਚਲੋ ਠੀਕ ਆ ਗਾਈ, ਜੇ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਤੇ ਬਾਈ ਬਾਹਲਾ ਮਾੜਾ ਕੰਮ ਤਾਂ ਬਾਹਲਾ ਨਜਾਇਜ਼ ਅੱਜ ਬਾਈ ਨਜਾਇਜ਼। ਅਸੀਂ ਨਾ ਮੈਂ ਪ੍ਰਧਾਨ ਸਾਹਿਬ ਨਾਲ ਟਰਾਲੀ 'ਚ ਬੈਠਾ ਸੀਗਾ, ਉਹ ਕਹੀ ਜਾਂਦੇ ਕਿ ਹਜੇ 10 ਮਿੰਟ ਉਦੋਂ ਪਹਿਲਾਂ ਮੀਟਿੰਗ ਚੱਲੀ ਜਾਂਦੀ ਹਜੇ, ਵੀ ਬਾਅਦ 'ਚ ਤੁਹਾਨੂੰ ਦੱਸਾਂਗੇ। ਤੇ ਬਾਕੀ ਰਣਨੀਤੀ ਬਣਾ ਕੇ ਚੱਲਣਾ ਪੈਂਦਾ ਵਾ, ਆਏ ਬਾਹਲਾ ਹੀ ਗਲਤ ਹੋਇਆ ਅੱਜ ਯਾਰ, ਸਾਡੇ ਭਰਾ ਯਾਰ
ਬਈ ਟਰੈਕਟਰਾਂ ਵੰਨੀ ਦੇਖ ਕੇ ਜਾਂ ਐਂਬੂਲੈਂਸ ਆਜ਼ਾਦੀਆਂ ਵੰਨੀ ਵੇਖ ਕੇ ਬਣ ਜਾਣਗੇ ਜਿਹੜੇ ਮੁੰਡਿਆਂ ਦਾ ਕੰਮ ਹੋਇਆ ਬਈ ਐਂਬੂਲੈਂਸਾਂ ਨੂੰ ਵੀ ਤੇ ਬਾਕੀ ਮੇਰੇ ਵੀ ਤੁਹਾਨੂੰ ਪਤਾ ਚੈਨਲ ਬਈ ਇੰਸਟਾਗ੍ਰਾਮ ਵੀ ਯੂਟਿਊਬ ਇੰਡੀਆ 'ਚ ਬੈਨ ਕਰਤਾ ਹੁਣ ਵੀਡੀਓ ਮੈਂ ਨਵੇਂ ਪੇਜ 'ਤੇ ਪਾਊਂਗਾ ਅਤੇ ਇਹਨੂੰ ਮਿੱਤਰੋ ਕਰ ਦਿਓ ਸ਼ੇਅਰ ਧੰਨਵਾਦ ਜੀ।